ਜ਼ਿਮਨੀ ਚੋਣ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਆਓ ਤੁਹਾਨੂੰ ਲੈ ਚਲਦੇ ਹਾਂ ਸਾਡੇ ਸੰਵਾਦਦਾਤਾ ਰਮਾ ਸ਼ੰਕਰ ਕੋਲ। ਜੀ, ਇਸ ਵੇਲੇ ਅਸੀਂ ਪੋਲਿੰਗ ਸਟੇਸ਼ਨ ਨੰਬਰ 10 AN ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਦੇ ਪੋਲਿੰਗ ਬੂਥ 'ਤੇ ਖੜ੍ਹੇ ਹਾਂ, ਜਿੱਥੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ ਹੋਈ ਹੈ ਅਤੇ ਇੱਥੇ ਲੋਕ ਵੋਟ ਪਾਉਣ ਆ ਰਹੇ ਨੇ ਅਤੇ ਉਹਨਾਂ ਕੋਲੋਂ ਪੁੱਛਦੇ ਹਾਂ ਉਹਨਾਂ ਨੂੰ ਕਿਹੋ ਜਿਹਾ ਲੱਗ ਰਿਹਾ ਵੋਟਿੰਗ ਕਰਕੇ ਅਤੇ ਜਿਹੜੀਆਂ ਇੱਥੇ ਦੀਆਂ ਸੁਵਿਧਾਵਾਂ ਨੇ ਉਹਨਾਂ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ। ਜੇ ਤੁਸੀਂ ਵੋਟਿੰਗ ਕਰਕੇ ਆਏ ਹੋ, ਪਹਿਲਾਂ ਤਾਂ ਤੁਸੀਂ ਆਪਣਾ ਜਿਹੜਾ ਇੰਕ ਦਾ ਨਿਸ਼ਾਨ ਆ ਉਹ ਦਿਖਾ ਦਿਓ ਜੀ ਕੈਮਰੇ ਮੂਹਰੇ ਅਤੇ ਨਾਲ ਆਧਾਰ ਕਾਰਡ ਵੀ ਦਿਖਾ ਦਿਓ। ਤੁਸੀਂ ਵੋਟਿੰਗ ਕਰਕੇ ਆਏ, ਤੁਹਾਨੂੰ ਕਿਹੋ ਜਿਹਾ ਲੱਗ ਰਿਹਾ? ਮੈਨੂੰ ਕਾਫੀ ਸੈਟਿਸਫੈਕਟਰੀ ਹੈ ਕਿਉਂਕਿ ਮੈਂ ਪਿਛਲੇ 3-4 ਸਾਲ ਤੋਂ ਇੱਥੇ ਹੀ ਵੋਟਿੰਗ ਕਰਨ ਆਉਂਦੀ ਹਾਂ ਅਤੇ ਇੱਥੇ ਦਾ ਮਾਹੌਲ ਕਾਫੀ ਪੀਸਫੁੱਲ ਹੈ, ਕੋਈ ਇਹਦੇ ਮਤਲਬ ਰਸ਼ ਵਗੈਰਾ ਨਹੀਂ ਹੁੰਦਾ, ਬਹੁਤ ਹੀ ਸਿਸਟਮੈਟਿਕ ਵੇ ਨਾਲ ਹੁੰਦਾ ਆ ਅਤੇ ਮੈਨੂੰ ਵੋਟਿੰਗ ਕਰਕੇ ਕਾਫੀ ਅੱਛਾ ਲੱਗਾ ਅਤੇ ਮੈਂ ਇਹੀ ਚਾਹੁੰਦੀ ਹਾਂ ਕਿ ਇਸ ਟਾਈਮ ਗਰਮੀ ਦਾ ਮੌਸਮ ਹੈਗਾ ਅਤੇ ਇਸ ਟਾਈਮ ਹੁਣ ਇਹ ਮੌਸਮ ਸਹੀ ਚੱਲ ਰਿਹਾ ਅਤੇ ਜਿੰਨੇ ਵੀ ਵੋਟਰਸ ਜਿਹੜੇ ਘਰੇ ਬੈਠੇ ਨੇ ਉਹ ਵੇਟ ਕਰ ਰਹੇ ਹਾਂ ਕਿ ਅਸੀਂ ਥੋੜ੍ਹੇ ਟਾਈਮ ਬਾਅਦ ਜਾਣਗੇ ਤਾਂ ਇਹੀ ਬੈਸਟ ਟਾਈਮ ਹੈ ਅਤੇ ਆਓ ਅਤੇ ਵੋਟ ਕਰੋ ਅਤੇ ਪਲੀਜ਼ ਆਪਣਾ ਵੋਟ ਜ਼ਰੂਰ ਪਾਓ ਕਿਉਂਕਿ ਤੁਸੀਂ ਉੱਦਾਂ ਵੀ ਵੇਸਟ ਜਾਣਾ ਅਤੇ ਆ ਕੇ ਆਪਣਾ ਵੋਟ ਜ਼ਰੂਰ ਪਾਓ। ਤੁਸੀਂ ਜਿਹੜੇ ਇੱਥੇ ਦੀ ਫੈਸਿਲਿਟੀਆਂ ਹੈਗੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਹਾਂ, ਫੈਸਿਲਿਟੀ ਕਾਫੀ ਅੱਛੀ ਹੈ, ਸਿਸਟਮੈਟਿਕ ਵੇ ਹੈ, ਕੋਈ ਵੀ ਫਾਲਤੂ ਜਾਂ ਕੋਈ ਵੀ ਇਨ ਮਤਲਬ ਅਨਮੀਨਸ ਇੰਟਰਫੇਰੈਂਸ ਨਹੀਂ ਹੈ, ਸਿਸਟਮੈਟਿਕ ਵੇ ਨਾਲ ਸਭ ਕੁਝ ਚੱਲ ਰਿਹਾ ਹੈ, ਪ੍ਰੋਪਰ ਚੈਕਿੰਗ ਹੋ ਰਹੀ ਹੈ, ਕੋਈ ਵੀ ਫੋਨ ਵਗੈਰਾ ਅਲਾਊਡ ਨਹੀਂ ਹੈ, ਈਵਨ ਬਾਹਰ ਪੁਲਿਸ ਵਗੈਰਾ ਵੀ ਹੈਗੀ ਹੈ ਅਤੇ ਪ੍ਰੋਪਰ ਚੈਕਿੰਗ ਦੇ ਬਾਅਦ ਹੀ ਅੰਦਰ ਆਇਆ ਜਾਂਦਾ ਹੈ ਅਤੇ ਕੋਈ ਵੀ ਕਿਸੇ ਵੀ ਤਰੀਕੇ ਦਾ ਦਬਾਅ ਨਹੀਂ ਹੈਗਾ, ਇੱਥੇ ਕੋਈ ਵੀ ਦੂਸਰੀ ਪਾਰਟੀ ਦੇ ਲੋਕ ਨਹੀਂ ਹੈਗੇ ਜਿਹੜਾ ਕਿ ਆ ਕੇ ਤੁਹਾਨੂੰ ਮੈਨੂਪਲੇਟ ਵਗੈਰਾ ਕਰਨ, ਤਾਂ ਜੋ ਵੀ ਹੈਗੇ ਉਹ ਸਾਰੇ ਜਣੇ ਆ ਕੇ ਆਪਣਾ ਯੋਗਦਾਨ ਦੇ ਰਹੇ ਹੈ। ਥੈਂਕ ਯੂ ਜੀ। ਜੀ, ਤੁਹਾਡੇ ਵਾਸਤੇ ਬਾਹਰ ਪਲਾਂਟਸ ਲੈ ਕੇ ਖੜ੍ਹੇ ਨੇ ਸਰ, ਅਤੇ ਤੁਸੀਂ ਆਪਣਾ ਪਲਾਂਟਸ ਲੈ ਕੇ ਜਾ ਸਕਦੇ ਹੋ। ਜਿਹੜੀ ਅਸੀਂ ਦੱਸ ਦਈਏ ਕਿ ਇੱਥੇ ਫੈਸਿਲਿਟੀ ਜਿਹੜੀ ਸ਼ੁਰੂ ਕੀਤੀ ਗਈ ਹੈ, ਜਿਹੜਾ ਵੀ ਵੋਟ ਕਰਕੇ ਜਾ ਰਿਹਾ ਉਹਨੂੰ ਇੱਕ ਪਲਾਂਟ ਦਿੱਤਾ ਜਾ ਰਿਹਾ, ਜੋ ਕਿ ਬਹੁਤ ਵਧੀਆ ਪਹਿਲ ਕੀਤੀ ਗਈ ਹੈ ਸ਼ੁਰੂ। ਕੈਮਰਾਮੈਨ ਰਣਜੀਤ ਸਿੰਘ ਦੇ ਨਾਲ ਰਾਜਪਾਲ, ਮੈਂ ਰਮਾ ਸ਼ੰਕਰ, ਦੂਰਦਰਸ਼ਨ ਸਮਾਚਾਰ, ਜਲੰਧਰ।